ਤੇ ਆ ਦੇਖੋ ਜਦੋਂ ਟ੍ਰੈਡੀਸ਼ਨਲ 'ਚ ਆਪਾਂ ਆ ਗਏ ਹਾਂ ਹੁਣ ਇਹ ਟ੍ਰੈਡੀਸ਼ਨਲ ਦਾ ਪਹਿਲਾਂ ਹੈਗਾ ਜਿੱਦਾਂ ਹੁੰਦਾ ਪਿੰਡ 'ਚ ਮੇਲੇ ਲੱਗਦੇ ਹੁੰਦੇ ਸੀ ਪੁਰਾਣੇ ਅਤੇ ਉਸ ਹਿਸਾਬ ਦੇ ਜਿੱਦਾਂ ਪਰਾਂਦੀਆਂ ਜਾਂ ਚੂੜੀਆਂ ਅਤੇ ਆਪਣੇ ਆਪ ਕੋਲ ਪੁਰਾਣੇ ਟੀ ਵੀ ਰੇਡੀਓ ਸਾਰੇ ਹੈਗੇ ਆ ਅਤੇ ਬਾਕੀ ਇਹ ਜ਼ਿਆਦਾ ਸਾਨੂੰ ਭਾਅ ਜੀ ਐਕਸਪਲੇਨ ਕਰਨਗੇ ਇਹਦੇ ਬਾਰੇ। ਹਾਂਜੀ ਹਾਂਜੀ ਭਾਅ ਜੀ, ਪ੍ਰਿੰਸ ਭਾਅ ਜੀ ਆਪਾਂ ਇਹਨੂੰ ਨਾ ਟ੍ਰੈਡੀਸ਼ਨਲ 'ਚ, ਕਿਉਂਕਿ ਐਕਚੁਲੀ ਨਾ ਮੇਰਾ ਆਪਣਾ ਖੁਦ ਦਾ ਬਹੁਤ ਜ਼ਿਆਦਾ ਇਹ ਨਾਲ ਲਗਾਵ ਹੈਗਾ, ਟ੍ਰੈਡੀਸ਼ਨਲ ਸ਼ੂਟ 'ਚ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਕਰਨ 'ਚ ਵੀ, ਸੋ ਮੈਂ ਇਹਨੂੰ ਕੀ ਕੀਤਾ ਕਿ ਜਦੋਂ ਆਪਾਂ ਨੋਰਮਲੀ ਲੋਕੇਸ਼ਨਸ 'ਤੇ ਜਾਂਦੇ ਹਾਂ ਉੱਥੇ ਕੀ ਹੁੰਦਾ ਕਿ ਇੱਕ ਛੋਟਾ ਜਿਹਾ ਦੋ ਕਮਰੇ ਬਣਾਏ ਹੁੰਦੇ ਆ, ਬਸ ਉਹਦੇ ਵਿੱਚ ਹੀ ਜੋ ਕਰਨਾ ਆਪਾਂ, ਉੱਥੋਂ ਥੋੜ੍ਹਾ ਕੈਮਰਾ ਘੁਮਾਇਆ ਅਤੇ ਨਾਲ ਹੀ ਤੁਹਾਨੂੰ ਵੈਸਟਰਨ ਸੈੱਟ ਦਿਖ ਜਾਂਦੇ ਆ। ਸਹੀ ਗੱਲ ਹੈ, ਮਤਲਬ ਉਹ ਸਿਰਫ ਖਾਣਾ ਪੂਰਤੀ ਕਹਿ ਲਓ, ਟ੍ਰੈਡੀਸ਼ਨਲ ਦਾ ਇੱਕ ਨਾਮ ਹੀ ਕੀਤਾ ਹੁੰਦਾ, ਬਟ ਆਪਾਂ ਕੀਤਾ ਆਪਾਂ ਪੂਰੇ ਇੱਕ ਏਕੜ ਵਿੱਚ ਆਪਾਂ ਟ੍ਰੈਡੀਸ਼ਨਲ ਸੈਟਅਪ ਹੀ ਰੈਡੀ ਕੀਤਾ। ਇਹਦੇ ਵਿੱਚ ਕੀ ਕੀਤਾ ਕਿ ਆਪਾਂ ਇੱਕ ਮੇਲਾ ਬਣਾਇਆ, ਮੇਲੇ ਤੋਂ ਬਾਅਦ ਸਾਹਮਣੇ ਦੇਖੋ ਜੀ ਪੂਰਾ ਇੱਕ ਹਵੇਲੀ ਟਾਈਪ ਲੁੱਕ ਦਿੱਤੀ ਆਪਾਂ ਘਰ ਨੂੰ, ਇੱਕ ਟ੍ਰੈਡੀਸ਼ਨਲ ਹਾਊਸ ਇਹ ਹੋ ਗਿਆ, ਇੱਕ ਅਜੇ ਬਿਲਕੁਲ ਸਾਹਮਣੇ ਆ ਦੇਖੋ, ਮਤਲਬ ਦੋ ਹਵੇਲੀਆਂ ਬਣਾਤੀ। ਦੋ ਹਵੇਲੀਆਂ, ਉਹਦਾ ਰੀਜ਼ਨ ਇਹ ਹੈ ਕਿ ਮੰਨ ਲਓ ਜੇ ਕੋਈ ਬੰਦਾ ਸ਼ੂਟ ਕਰ ਰਿਹਾ ਵਾ, ਉਹ ਆਪਣਾ ਕੈਮਰਾ ਦਾ ਪੈਨ ਕਰਦਾ ਹੈ ਨਾ, ਉਹਦਾ ਐਂਗਲ ਚੇਂਜ ਕਰਦਾ, ਤਾਂ ਉਹਦੇ ਵਿੱਚ ਤੈਨੂੰ ਆਏ ਨੀਗਾ ਕਿ ਤੁਹਾਨੂੰ ਕੋਈ ਵੈਸਟਰਨ ਸੈੱਟ ਵਿੱਚ ਨਜ਼ਰ ਆਜੂਗਾ। ਹਾਂ, ਤੁਸੀਂ ਇੱਦਾਂ ਹੀ ਸ਼ੂਟ ਕਰਦੇ ਆਪਣਾ ਕੈਮਰੇ ਦੀ ਫ੍ਰੇਮ ਚੇਂਜ ਕਰ ਸਕਦੇ। ਇੱਕ ਚੀਜ਼ ਹੋਰ ਕਹਿ ਸਕਦੇ ਹਾਂ ਕਿ ਜੇ ਮੰਨ ਲਓ ਕਿ ਐਟ ਅ ਟਾਈਮ ਦੋ ਸ਼ੂਟ ਚੱਲ ਰਹੇ ਆ, ਤੇ ਮਿਨੀਮਮ ਮੇਰੇ ਹਿਸਾਬ ਨਾਲ 5 ਤੋਂ 6 ਜਾਣੇ ਵੀ ਸ਼ੂਟ ਕਰਨ ਤੇ ਕੋਈ ਇੱਕ ਦੂਜੇ 'ਚ ਵੱਜਦਾ ਨਹੀਂ ਫਿਰੂਗਾ। ਉਹੀ ਚੀਜ਼ ਕਹਿ ਰਿਹਾ, ਮਤਲਬ ਕਿ ਦੋ ਹਵੇਲੀਆਂ ਜਦੋਂ ਤੁਹਾਡੀ ਬਣੀ ਹੈ ਤੇ ਵਨ ਬਾਈ ਵਨ ਆਪਾਂ ਜੀ ਕਹਿ ਲਈ ਯੂਜ਼ ਕਰ ਸਕਦੇ ਹਰ ਕੋਈ। ਭਾਜੀ ਇੱਥੇ ਘੱਟੋ ਘੱਟ ਨਹੀਂ, ਇਕੱਲੇ ਟ੍ਰੈਡੀਸ਼ਨਲ ਦੇ 3 ਤੋਂ 4 ਆਊਟਫਿਟ ਬੜੇ ਆਰਾਮ ਨਾਲ ਯੂਜ਼ ਕਰ ਸਕਦੇ ਆਪਾਂ, ਕਿ ਕਈ ਬੰਦੇ ਚੁਆਇਸ ਹੀ ਹੁੰਦੀ ਹੈ। ਹੁਣ ਜਦੋਂ ਸਾਡੇ ਆਪਣੇ NRI ਵੀਰ ਆ, ਉਹ ਬਾਹਰ ਕੋਟ ਪੈਂਟ ਜੈਕਟਾਂ ਪਾ ਕੇ ਪੂਰੇ ਅੱਕੇ ਹੁੰਦੇ ਆ, ਸਹੀ ਗੱਲ, ਉਹਨਾਂ ਨੂੰ ਇੱਥੇ ਖੁੱਲੀ ਖੁੱਲੀ ਫੀਲ ਚਾਹੀਦੀ, ਟ੍ਰੈਡੀਸ਼ਨਲ ਸ਼ੂਟ ਚਾਹੀਦਾ ਹੁੰਦਾ, ਤੇ ਆਪਣਾ ਟ੍ਰੈਡੀਸ਼ਨਲ ਦਾ ਇੱਥੇ ਪੂਰਾ ਅਰੇਂਜਮੈਂਟ ਹੈਗਾ, ਇਕੱਲੇ ਇਕੱਲਾ ਪ੍ਰੋਪ ਆਪਣੇ ਕੋਲ ਹੈਗਾ। ਆਹ ਦੇਖੋ ਜੀਪ ਹੈਗੀ ਆ, ਆਪਾਂ ਉੱਧਰ ਲੈ ਕੇ ਜਾਂਦੇ ਹਾਂ ਬਾਅਦ 'ਚ, ਪਹਿਲਾਂ ਆਪਾਂ ਹਵੇਲੀ ਵੱਲ ਚੱਲੀਏ, ਸਾਰਾ ਦਿਖਾਉਣਾ ਆਪਾਂ ਕਾਫੀ ਚੀਜ਼ਾਂ ਇੱਥੇ ਰੈਡੀ ਕੀਤੀਆਂ। ਤੇ ਆਹ ਦੇਖੋ ਭਾਅ ਜੀ ਫਰੇਮਿੰਗ ਦੇਖੋ ਸਾਰੀ, ਮਤਲਬ ਜਿੱਦਾਂ ਕਹਿੰਦੇ ਕਿ ਆਪਾਂ ਪਿੰਡਾਂ ਦੇ ਪੁਰਾਣੇ ਘਰ ਹੁੰਦੇ ਸੀਗੇ ਉਹੀ ਯਾਦਾਂ ਨੇ ਸਾਰੀਆਂ। ਬਿਲਕੁਲ ਭਾਅ ਜੀ, ਤੇ ਆਹ ਸੰਦੂਕ ਪਿਆ ਦੇਖੋ, ਸੰਦੂਕ ਚ ਕੀ ਰੱਖਿਆ ਭਾਜੀ? ਠੀਕ ਹੈ ਠੀਕ ਹੈ, ਮਤਲਬ ਕੀ ਮੈਂ ਤਾਂ ਲਿਆਂਦੀ ਹੈ, ਹੁਣ ਮੈਂ ਅੱਗੋਂ ਖੁਦ ਸ਼ੂਟ ਕਰਨਾ, ਉਹ ਐਮੀ ਵਿਰਕ ਦਾ ਗਾਣਾ ਨਾ ਮੂਵੀ ਦਾ ਸੀਗਾ ਸੁਰਮੇਦਾਨੀ, ਉਹ ਗਾਣੇ ਤੇ ਆਪਾਂ ਵੀ ਸ਼ੂਟ ਕਰਨਾ, ਉਹਦੇ ਵਾਸਤੇ ਮੈਂ ਸਾਰੇ ਦੇਖੋ। ਤੁਸੀਂ ਇੱਕ ਚੀਜ਼ ਹੋਰ ਲੱਗ ਸਕਦੀ ਪਤਾ ਕਿ ਜਿੱਦ ਭਾਂਡੇ ਜਾਂ ਕੁਛ, ਇਹ ਚੀਜ਼ ਕੋਈ ਵੀ ਰੈਗੂਲਰ ਬੰਦਾ ਨਹੀਂ ਰੱਖਦਾ ਕੋਈ ਵੀ ਸੈੱਟ 'ਤੇ, ਅਤੇ ਇਹ ਸਾਰਾ ਐਂਟੀਕ ਹੈ ਅਤੇ ਨਾਲੇ ਇੱਧਰ ਪਿਆ ਤੁਹਾਨੂੰ ਅਵੇਲੇਬਲ, ਕਿ ਮਤਲਬ ਲੱਗਦਾ ਕਿ ਪੂਰਾ ਟ੍ਰੈਡੀਸ਼ਨਲ ਚੀਜ਼ਾਂ ਲੱਗਦੀਆਂ ਇਹ। ਭਾਅ ਜੀ ਬਿਲਕੁਲ, ਇਹ 'ਚ ਤੁਸੀਂ ਜੇ ਮੰਨ ਕੇ ਚੱਲੋ ਜੇ ਕਿਸੇ ਨੂੰ ਵੀ ਕੋਈ ਚੀਜ਼ ਦੀ ਲੋੜ ਹੈਗੀ ਆ ਟ੍ਰੈਡੀਸ਼ਨਲ 'ਚ, ਉਹ ਇੱਥੇ ਤੁਹਾਨੂੰ ਮਿਲਣੀ ਹੀ ਮਿਲਣੀ ਹੈ। ਮਧਾਣੀ ਵੀ ਰੱਖੀ ਹੋਈ ਹੈ, ਕਿਉਂਕਿ ਆਪਾਂ ਕਾਫੀ ਲੋਕੇਸ਼ਨ ਤੇ ਜਾਈਦਾ ਸੀ, ਜਿਹੜੀ ਜਿਹੜੀ ਚੀਜ਼ਾਂ ਮੈਨੂੰ ਉਹਨਾਂ ਦੀ ਕਮੀ ਲੱਗਦੀ ਰਹੀ ਹੈ, ਉਹ ਚੀਜ਼ਾਂ ਮੈਂ ਆਲਰੇਡੀ ਇੱਥੇ ਪੂਰੀਆਂ ਕਰਤੀਆਂ ਪਹਿਲਾਂ। ਮਤਲਬ ਤੁਸੀਂ ਉਹੀ ਹੈ ਕਿ ਜੇ ਆਪਾਂ ਸੋਚੀ 2020 'ਚ ਤੁਸੀਂ ਕਨਸੈਪਟ ਸੋਚਿਆ, ਤੇ ਬਟ ਉਹ ਹੈਗਾ ਕਿ ਤੁਸੀਂ ਉਹਨੂੰ ਸਾਰਾ ਡਿਜ਼ਾਈਨ ਕਰਾ, ਹਾਂ ਉਹ ਤੋਂ ਮਤਲਬ 1 ਸਾਲ ਤੁਸੀਂ ਸਾਰਾ ਸੋਚਿਆ ਕਿ ਆਪਾਂ ਇਹਨੂੰ ਇੱਦਾਂ ਕਰਨਾ। ਬਿਲਕੁਲ ਭਾਜੀ ਬਿਲਕੁਲ, ਤੇ ਨਾਲੇ ਆਹ ਦੇਖੋ ਆਹ ਖੂਹ ਵਗੈਰਾ ਬਣਾਇਆ, ਖੂਹ ਦੇ ਵਿੱਚੋਂ ਭਾਜੀ ਦੂਜੀ ਹਵੇਲੀ ਦਾ ਸ਼ਾਟ ਆ ਜਾਂਦਾ, ਇੱਧਰੋਂ ਦੀ ਵੀ ਕਰ ਸਕਦੇ ਹਾਂ। ਆਪਣੀਆਂ ਲੋਕੇਸ਼ਨ ਤੋਂ ਬਾਹਰ ਜਾ ਕੇ ਪਿੰਡ ਚ ਸ਼ੂਟ ਕਰਨਾ ਵੱਖਰਾ ਪਊਗਾ, ਪ੍ਰਾਈਵੇਸੀ ਪੂਰੀ ਭਾਈ ਨੇ ਜੀਪ ਵੀ ਪੂਰੀ ਐ ਘੈਂਟ ਤਿਆਰ ਕਰਾ ਕੇ ਰੱਖੀ ਹੋਈ ਹੈ। ਮਤਲਬ ਜਿਹੜੀ ਓਰਿਜਨਲ ਚੀਜ਼ ਜਿਹੜੀ ਆਪਾਂ ਕਹਿ ਲਈਏ, ਤੇ ਮਤਲਬ US ਆਰਮੀ ਕੋਈ ਨਾ ਗੇੜਾ ਮਰਾਨੇ ਤੁਹਾਨੂੰ ਇੱਥੇ, ਤੁਸੀਂ ਆਓ ਇੱਧਰ ਗੇੜਾ ਜੋ ਵੀ ਮਾਰੋ। ਤੇ ਇਹ ਜਿਹੜੀ ਤੁਹਾਨੂੰ ਆਪਾਂ ਕਿਹਾ ਕਿ ਨਾਲ ਹੀ ਦੂਜੀ ਹਵੇਲੀ ਬਣੀ ਹੈ, ਤੇ ਆਹ ਦੇਖੋ ਉਹਦਾ ਵੀ ਕੰਸੈਪਟ, ਇੱਧਰੋਂ ਤੁਸੀਂ ਇੱਥੋਂ ਵੀ ਮੇਲੇ ਦਾ ਸ਼ੂਟ ਕਰ ਸਕਦੇ ਹੋ, ਦੂਜੀ ਹਵੇਲੀ ਪਹਿਲੀ ਵਾਲੀ ਤੋਂ ਵੀ ਕਰ ਸਕਦੇ ਹਾਂ। ਅਤੇ ਸਭ ਤੋਂ ਮੇਨ ਚੀਜ਼ ਆਹ ਦੇਖੋ, ਇੱਕ ਆਹ ਆਰਚਾਂ ਦਾ ਡਿਜ਼ਾਈਨ ਚੇਂਜ ਹੈ, ਜੇ ਤੁਸੀਂ ਉਹ ਥੀਮ ਕਰ ਲਿਆ ਵਾ ਤਾਂ ਆਹ ਥੀਮ ਯੂਜ਼ ਕਰ ਸਕਦੇ ਹਾਂ। ਸਹੀ ਗੱਲ ਹੈ, ਓਪਨ ਪੌੜੀ ਹੈ ਜੀ। ਤਾਂ ਸਭ ਤੋਂ ਮੇਨ ਚੀਜ਼ ਭਾਜੀ ਆਹ ਦੇਖੋ ਸਾਡਾ ਨਾ ਇਹ ਦਰਵਾਜ਼ਾ ਜੀ 100 ਸਾਲ ਪੁਰਾਣਾ ਹੈ, ਚੈੱਕ ਕਰੋ। ਕੀ ਬਾਤ ਹੈ, ਐਂਟੀਕ ਚੀਜ਼ ਇਹ ਤੁਸੀਂ ਇਹ ਭਾਜੀ ਚਗਾੜ ਦੇਖੋ, ਫੁੱਟ ਦੀ ਚਗਾੜ ਹੀ ਹੈ ਇਕੱਲੀ, ਦੂਰੋਂ ਆ ਕੇ ਸ਼ੂਟ ਕਰੋ 9.5 ਫੁੱਟ ਦਾ ਬੂਹਾ ਭਾਜੀ ਉੱਚਾ ਹੈ, ਹਾਈ ਕੁਆਲਿਟੀ
ਸਹੀ ਗੱਲ ਆ, ਮਤਲਬ ਦੇਖਣ ਨੂੰ ਬਹੁਤ ਹੀ ਅੰਟੀਕ ਲੱਗ ਰਿਹਾ ਤੇ ਇਹ ਚੀਜ਼ ਆਪਾਂ ਲੱਭ ਲੱਭ ਕੇ ਲਿਆਉਂਦੀਆਂ ਸਾਰੀਆਂ। ਸਹੀ ਗੱਲ ਆ, ਮੈਂ ਤੇ ਪਹਿਲਾਂ ਚਲੋ ਇੱਕ ਰਾਊਂਡ ਮਾਰ ਗਿਆ, ਬਟ ਇਹ ਮੈਂ ਹੁਣ ਚੀਜ਼ ਦੇਖੀ ਚੁਗਾਠ ਦੀ। ਦੇਖੋ ਜੀ ਪਾਕਿਸਤਾਨ ਦੇ ਟਾਈਮ ਦਾ ਬੂਹਾ, ਇਹ ਮੈਂ ਕਿਸੇ ਮੇਰੇ ਫਰੈਂਡ ਦਾ ਘਰ ਸੀਗਾ, ਉਹ ਮਤਲਬ ਪਾਕਿਸਤਾਨ ਦੇ ਟਾਈਮ ਦਾ ਹੀ ਬਣਿਆ ਸੀ। ਉਹਨੇ ਮੈਨੂੰ ਕਿਹਾ ਕਿ ਵੀਰੇ ਤੂੰ ਇੱਦਾਂ ਵਾ ਕਿ ਸਾਡਾ ਅਸੀਂ ਘਰ ਰੀਫਰਨਿਸ਼ ਕਰਨਾ ਸਾਰਾ, ਰੈਨੋਵੇਟ ਕਰਨਾ ਸੀ, ਤੇ ਉਹ ਮੈਨੂੰ ਕਹਿੰਦਾ, ਮੈਂ ਕਿਹਾ ਯਾਰ ਮੈਨੂੰ ਆਹ ਦੇ, ਮੈਨੂੰ ਚਾਹੀਦੀ ਹੈ। ਨਹੀਂ ਬਹੁਤ ਵਧੀਆ ਲੱਗ ਰਿਹਾ ਕਿ ਚਲੋ ਦੇਖਣ ਨੂੰ ਤੁਹਾਨੂੰ ਵਧੀਆ ਲੱਗਦਾ ਕਿ ਸਾਰਾ ਕੰਸੈਪਟ ਬਹੁਤ ਵਧੀਆ, ਬਟ ਇੱਕ ਚੀਜ਼ ਹੋਰ ਹੈ ਕਿ ਕਈਆਂ ਨੂੰ ਇਹ ਚੀਜ਼ ਤਾਂ ਨਹੀਂ ਪਤਾ ਹੁੰਦਾ ਕਿ ਇਹ ਕਿੰਨੇ ਸਾਲ ਪੁਰਾਣੀ ਹੈ, ਕੀ ਚੀਜ਼ ਹੈਗੀ ਹੈ। ਪਾਕਿਸਤਾਨ ਤੋਂ ਵੀ ਪਹਿਲਾਂ ਦਾ ਹਾਂ, ਤੁਸੀਂ ਮੰਨ ਕੇ ਚੱਲੋ ਇੱਥੇ ਧੁੱਪ ਹੋਵੇ ਛਾਂ ਹੋਵੇ ਤੁਹਾਡੇ ਕੱਚੇ ਘਰਾਂ ਵਾਲਾ ਸ਼ੂਟ ਰਹੂਗਾ ਨੀ, ਤੁਸੀਂ ਸਵੇਰੇ ਕਰਨਾ ਸ਼ੂਟ ਤੁਸੀਂ ਆਹ ਹਵੇਲੀ ਚ ਛਾਵੇਂ ਕਰ ਸਕਦੇ ਆ, ਜੇ ਤੁਸੀਂ ਸ਼ਾਮ ਨੂੰ ਕਰਨਾ ਉਹ ਪੂਰੀ ਦੀ ਪੂਰੀ ਉੱਧਰ ਛਾਂ, ਮਤਲਬ ਸ਼ਾਮ ਨੂੰ ਉੱਥੇ ਡਿਮ ਲਾਈਟ ਹੋ ਜਾਣੀ, ਬਹੁਤ ਡਿਫਿਊਜ਼ ਲਾਈਟ ਹੋ ਜਾਂਦੀ, ਮਤਲਬ ਸਾਨੂੰ ਕਹਿ ਸਕੇ ਕਿ ਆਪਾਂ ਇਹ ਨਹੀਂ ਕਹਿ ਸਕਦੇ, ਬ੍ਰੇਕ ਨਹੀਂ ਲੱਗੂਗੀ, ਮਤਲਬ ਇਹ ਨਹੀਂ ਕਹਿ ਸਕਦੇ ਸਾਨੂੰ ਕਿ ਸਾਡੀ ਫੋਟੋ ਸ਼ੂਟ ਅੱਜ ਨਹੀਂ ਹੋ ਰਿਹਾ। ਹਾਂ, ਇਹ ਨਹੀਂ ਕਿ ਇੱਥੇ ਜੀ ਧੁੱਪ ਹਾਰਡ ਆ ਜੀ, ਇੱਥੇ ਸ਼ੂਟ ਨਹੀਂ ਹੋਣਾ। ਜਦੋਂ ਧੁੱਪ ਹੈਗੀ ਹੈ ਤੁਸੀਂ ਛਾਵੇਂ ਸ਼ੂਟ ਕਰੋ, ਜੇ ਤੁਹਾਨੂੰ ਸ਼ਾਮ ਨੂੰ ਸ਼ੂਟ ਚਾਹੀਦਾ ਤੁਸੀਂ ਉੱਧਰ ਸਨਸੈਟ ਦਾ ਸ਼ੂਟ ਕਰੋ, ਸਨਸੈਟ ਬਹੁਤ ਸੋਹਣਾ ਆਉਂਦਾ ਭਾਜੀ ਉਹ ਹਵੇਲੀ ਤੇ। ਲੋਕੇਸ਼ਨ ਤੁਹਾਨੂੰ ਸਾਰੀ ਦਿਖਾਤੀ ਆ ਆਪਾਂ ਕਿ ਜਿਹੜੇ ਸੈੱਟ ਸੀਗੇ, ਹੁਣ ਇਹ ਆਪਾਂ ਆਖਰੀ ਲੋਕੇਸ਼ਨ 'ਤੇ ਬੈਠੇ ਹਾਂ, ਆਹ ਝੂਲਾ ਲੱਗਾ ਅਤੇ ਰੈਸਟ ਕਰਨ ਨੂੰ ਜਾਂ ਸ਼ੂਟ ਵੀ ਆ ਹੋ ਜਾਂਦਾ, ਬਹੁਤ ਵਧੀਆ ਹੋ ਜਾਂਦਾ, ਇਹ ਨਹੀਂ ਕਿ ਨਹੀਂ ਹੁੰਦਾ ਇਹ 'ਚ ਵੀ। ਅਤੇ ਬਾਕੀ ਹੁਣ ਲੋਕੇਸ਼ਨ ਦਾ ਜੋ ਤੁਹਾਨੂੰ ਸਾਰਾ ਦੇਖਿਆ ਅਤੇ ਹੁਣ ਜੋ ਵੀ ਇਨਫੋਰਮੇਸ਼ਨ ਹੈਗੀ ਹੈ, ਠੀਕ ਹੈ, ਉਹ ਭਾਅ ਜੀ ਸਾਨੂੰ ਥੋੜ੍ਹੀ ਬਹੁਤ ਡਿਟੇਲ 'ਚ ਦੱਸਣਗੇ। ਬਾਕੀ ਇਹਨਾਂ ਦਾ ਕੰਟੈਕਟ ਨੰਬਰ, ਜੋ ਇਹਨਾਂ ਦੀ ਲੋਕੇਸ਼ਨ ਹੈਗੀ ਆ, ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਆਪਾਂ ਡਿਸਕ੍ਰਿਪਸ਼ਨ 'ਚ ਮੈਨਸ਼ਨ ਕਰ ਦਾਂਗੇ, ਜੋ ਇਹਨਾਂ ਦਾ ਪੇਜ ਹੈਗਾ ਉਹ ਵੀ ਆਪਾਂ ਮੈਨਸ਼ਨ ਕਰ ਦਾਂਗੇ। ਬਾਕੀ ਭਾਅ ਜੀ ਸਾਨੂੰ ਕਨਵੀਨੀਅੰਟ ਹੈਗਾ ਸਾਰਿਆਂ ਨੇ ਆਉਣ ਲਈ, ਸਾਨੂੰ ਉਹ ਵੀ ਥੋੜ੍ਹਾ ਬਹੁਤ ਦੱਸਦਾ ਆਪਣੀ ਲੋਕੈਲਿਟੀ ਇੱਥੇ ਕੀ ਲੋਕੇਸ਼ਨ ਇੱਥੇ ਹੈਗੀ ਹੈ ਨਾ। ਮੰਨ ਕੇ ਚਲੋ ਜੇ ਕਪੂਰਥਲੇ ਹੋ ਤੁਸੀਂ ਜਾ ਰਹੇ ਹਾਂ, ਤੁਹਾਨੂੰ ਕਪੂਰਥਲਾ ਤੋਂ ਕਰਤਾਰਪੁਰ ਰੋਡ 'ਤੇ, ਠੀਕ ਹੈ, ਆਪਣਾ ਘੁੱਗਸ਼ੋਰ ਪਿੰਡ ਆਉਂਦਾ ਲੱਖਣ ਕਲਾਂ ਦੇ ਨਾਲ, ਠੀਕ ਹੈ, ਉੱਥੇ ਆਪਣੀ ਲੋਕੇਸ਼ਨ ਪੈਂਦੀ ਹੈ। ਬਾਕੀ ਗੂਗਲ ਮੈਪਸ 'ਤੇ ਅਵੇਲੇਬਲ ਹੈ, ਫਾਈਨ ਪਿਕਚਰ ਸਿਟੀ ਦੇ ਨਾਮ 'ਤੇ। ਅਤੇ ਜੇ ਆਪਾਂ ਜਲੰਧਰੋਂ ਆ ਰਹੇ ਹਾਂ, ਜਲੰਧਰ ਅੰਮ੍ਰਿਤਸਰ ਹਾਈਵੇ ਆ ਜਿਹੜਾ, ਉੱਥੋਂ ਆਪਾਂ ਕਪੂਰਥਲੇ ਵੱਲ ਨੂੰ ਮੁੜ ਜਾਣਾ ਕਰਤਾਰਪੁਰ। ਕਰਤਾਰਪੁਰ ਤੋਂ ਕਪੂਰਥਲਾ ਕਿ ਨਹੀਂ ਹੈਗਾ ਕਿ ਇੱਥੇ ਤੁਹਾਨੂੰ ਆਉਣਾ ਬਹੁਤ ਔਖਾ ਹੈ, ਬਹੁਤ ਹੀ ਸਿੰਪਲ ਹੈ। ਜੇ ਕੋਈ ਆਪਣੀ ਗੱਡੀ 'ਤੇ ਆ ਰਿਹਾ, ਮੋਸਟਲੀ ਤਾਂ ਜਿਹੜਾ ਸ਼ੂਟ ਕਰਾਉਣ ਆਊਗਾ ਅਤੇ ਉਹ ਆਪਣੀ ਗੱਡੀ 'ਤੇ ਹੀ ਆਊਗਾ, ਉੱਦਾਂ ਤਾਂ ਕੋਈ ਆ ਨਹੀਂ ਲੱਗਾ। ਅਤੇ ਜੀ ਅੰਮ੍ਰਿਤਸਰੋਂ ਮੰਨ ਕੇ ਚੱਲੋ, ਜੇ ਅੰਮ੍ਰਿਤਸਰੋਂ ਕੋਈ ਬੰਦਾ ਖਾਸ ਵੀ ਆਉਂਦਾ, ਇੱਥੇ 45 ਮਿੰਟ 'ਚ ਪਹੁੰਚਦਾ। ਜੇ ਜਲੰਧਰੋਂ ਆਉਂਦਾ ਮੈਕਸੀਮਮ ਮੇਨ ਸ਼ਹਿਰੋਂ ਵੀ ਆਓ, ਅੱਧੇ ਘੰਟੇ 'ਚ ਪਹੁੰਚਦਾ। ਸਹੀ ਗੱਲ ਹੈ, ਠੀਕ ਹੈ। ਅਤੇ ਪਲੱਸ ਭਾਅ ਜੀ ਆਪਣੇ ਇੱਥੇ ਫੂਡ ਦੀ ਫੈਸਿਲਿਟੀ ਇੱਦਾਂ ਆ ਕਿ ਇੱਥੇ ਆਊਟਸੋਰਸ ਕਰੀਦਾ ਆਪਾਂ ਫੂਡ, ਜ਼ੋਮੈਟੋ ਆਪਣੇ ਕਪੂਰਥਲੇ ਦਾ ਸਾਰਾ ਇੱਥੇ ਅਵੇਲੇਬਲ ਆ, ਓਕੇ, ਬਰਗਰ ਕਿੰਗ, KFC, ਡੋਮੀਨੋਜ਼, ਪੀਜ਼ਾ ਹੱਟ ਸਭ ਕੁਝ ਇੱਥੇ ਅਵੇਲੇਬਲ ਆ। ਤੁਸੀਂ ਆਰਡਰ ਕਰਨਾ, ਵਿਦਇਨ 15-20 ਮਿੰਟਸ ਇੱਥੇ ਪਹੁੰਚ ਜਾਣਾ, ਓਕੇ, ਠੀਕ ਹੈ। ਇੱਥੇ ਆਪਣੇ ਬਾਕੀ ਇੱਥੇ ਜਿਹੜਾ ਆਪਣੇ ਕੋਲ ਇੱਥੇ ਪ੍ਰੋਵਾਈਡ ਕਰਦੇ ਆ, ਮਤਲਬ ਬੇਸਿਕਸ ਚੀਜ਼ਾਂ ਜੇ ਆਪਾਂ ਕਹਿ ਲਈਏ ਇੱਥੇ ਪ੍ਰੋਵਾਈਡਡ ਹੈਗੀਆਂ, ਜਿੱਦਾਂ ਟੀ ਕਾਫੀ ਹੋ ਗਿਆ, ਕਾਫੀ ਤੁਹਾਨੂੰ ਇੱਥੇ ਮਿਲ ਜਾਣੀ ਹੈ, ਤੇ ਪਾਣੀ ਵਗੈਰਾ ਤੇ ਬਾਕੀ ਚੇਂਜਿੰਗ ਰੂਮ ਤੁਸੀਂ ਦੇਖਿਆ ਬਹੁਤ ਵਧੀਆ ਹੈਗੇ, ਸਫਾਈ ਹਾਈਜੀਨਿਕ ਪੂਰਾ ਸਭ ਕੁਝ ਬਹੁਤ ਵਧੀਆ। ਜੋ ਮੈਂ ਇਹ ਕਹਿ ਲਾਂ ਕਿ ਜੇ ਸ਼ੂਟ ਕਰਾਵਾਂ ਜੇ ਮੈਂ ਆਪਣਾ, ਤੇ ਮਤਲਬ ਕਰਾਉਣਾ ਹੀ ਇੱਥੋਂ ਹੀ, ਤਾਂ ਕਰਾਉਣਾ ਵੀ ਨਹੀਂ ਕਿਧਰੇ ਦਾ, ਤੇ ਭਾਈ ਨਾਲ ਉੱਥੇ ਹੀ ਬਹੁਤ ਪਿਆਰ ਹੈ। ਤੇ ਪ੍ਰਿੰਸ ਭਾਅ ਜੀ ਆਪਾਂ ਨਾ ਮੇਨ ਇਹੀ ਚੀਜ਼ ਦੇਖੀ ਕਿ ਇੱਕ ਫੈਮਿਲੀ ਨੂੰ ਕੀ ਚਾਹੀਦਾ। ਸਹੀ ਗੱਲ, ਕਪਲ ਤਾਂ ਚਾਹੀਦੇ, ਕਪਲ ਤਾਂ ਦੇਖੋ ਉਹਨਾਂ ਨੂੰ ਤਾਂ ਸ਼ੂਟ ਨਾ ਮਤਲਬ ਆ, ਜਿਹੜੇ ਨਾਲ ਦੇਖੋ ਇੱਕ ਦੋ ਜਾਣੇ ਨਾਲ ਵੀ ਆਏ ਹੁੰਦੇ ਆ, ਉਹਨਾਂ ਨੂੰ ਵੀ ਇੱਥੇ ਇਹ ਨਾ ਲੱਗੇ ਕਿ ਯਾਰ ਮੈਂ ਆ ਗਿਆ ਵੀ ਆਪਣੇ ਦਿਨ ਵੇਸਟ ਕਰ ਲਿਆ, ਮੈਂ ਫਸ ਗਿਆ। ਉਹ ਮਤਲਬ ਆ ਕੇ ਇੱਥੇ ਰੈਸਟ ਵੀ, ਜਿੱਦਾਂ ਰੈਸਟ ਰੂਮ ਬਣੇ ਆ ਤੇ ਖਾਣ ਪੀਣ ਦਾ ਵੀ ਹੈਗਾ, ਸਭ ਕੁਝ ਹੈਗਾ, ਖਾ ਪੀ ਸਕਦੇ ਆ, ਆਪਣੀਆਂ ਇੱਥੇ ਰੀਲਸ ਵਗੈਰਾ ਬਣਾਉਂਦੇ ਆ, ਤੁਹਾਨੂੰ ਪਤਾ ਅੱਜ ਕੱਲ੍ਹ ਹਰ ਬੰਦੇ ਨੂੰ ਕਰੇਜ਼ ਆ ਚੀਜ਼ ਦਾ। ਮੈਂ ਵੀ ਬਣਾਉਣੀ ਹਜੇ ਭਾਈ ਨੂੰ ਜਾਣਦੇ, ਮੈਂ ਤਾਂ ਨਹੀਂ ਜਾਂਦਾ, ਬਿਲਕੁਲ ਸਹੀ, ਤੁਹਾਡੀ ਬਣਾ ਕੇ ਰੀਲ ਤੋਰਾਂਗੇ ਤੁਹਾਨੂੰ। ਤੇ ਤੁਹਾਨੂੰ ਸਾਰੇ ਸੈੱਟ ਦਿਖਾਏ ਆ, ਤੇ ਤੁਸੀਂ, ਮੈਂ ਕਹਿੰਦਾ ਕਿ ਜਿਸ ਨੇ ਵੀ ਕਪਲ ਸ਼ੂਟ ਕਰਾਉਣਾ ਜਾਂ ਵੀਡੀਓ ਸ਼ੂਟ ਕਰਨਾ ਜਾਂ ਸ਼ਾਰਟ ਮੂਵੀ ਸ਼ੂਟ ਕਰਨੀ ਆ, ਇੱਕ ਵਾਰੀ ਮੈਂ ਕਹਿੰਦਾ ਕਿ ਵਿਜ਼ਿਟ ਕਰੋ, ਤੇ ਤੁਹਾਨੂੰ ਇੰਨੀ ਗਰੰਟੀ ਮੈਂ ਕਹਿੰਦਾ ਬਹੁਤ ਵਧੀਆ ਲੱਗੂਗਾ। ਤੇ ਤੁਸੀਂ ਵੀ ਸਾਡੀ ਵੀਡੀਓ 'ਚ ਦੇਖਿਆ ਕਿ ਕਿੱਦਾਂ ਦਾ ਹੈਗਾ, ਤੇ ਚਲੋ ਹੁਣ ਆਪਾਂ ਤੁਹਾਨੂੰ ਬਾਅਦ 'ਚ ਮਿਲਦੇ ਹਾਂ ਅਗਲੀ ਵੀਡੀਓ 'ਚ, ਤੇ ਉਨੀ ਦੇਰ ਨਹੀਂ ਭਾਈ ਨਾਲ ਵੀ ਆਪਾਂ ਕਰੀਏ ਬਾਏ ਬਾਏ। ਤੇ ਭਾਈ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ, ਤੇ ਉੱਧਰ ਚਲੋ ਮਿਲਦੇ ਹੀ ਰਹਿੰਦੇ, ਤੇ ਬਿਲਕੁਲ ਮਿਲਦੇ ਰਹੀ ਤਾਂ ਭਾਅ ਜੀ। ਬਾਕੀ ਤੁਹਾਡੇ ਸਾਰੇ ਵਿਊਅਰਸ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਥੈਂਕ ਯੂ, ਤੁਸੀਂ ਸਾਰੀ ਵੀਡੀਓ ਦੇਖੀ, ਤੇ ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਊਗਾ ਸਾਰਾ ਕੰਸੈਪਟ, ਤੇ ਹਲੇ ਅਸੀਂ ਕਾਫੀ ਚੀਜ਼ਾਂ ਅਪਗ੍ਰੇਡ ਕਰਨੀਆਂ, ਤੇ ਬਾਕੀ ਪ੍ਰਿੰਸ ਭਾਅ ਜੀ ਤੁਹਾਨੂੰ ਚਲੋ ਓਕੇ, ਟਾਟਾ।